ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਆਪਾਂ ਵੀ ਚਿਸ਼ਤੀ ਜਿਹੜੀ ਕਟਿੰਗ ਆ ਚੀਜ਼ ਦੀ, ਇਹ ਕਿੱਦਾਂ ਆਉਣੀ ਆ? ਇਹ ਆਉਣੀ ਆ ਆਪਾਂ ਜਿਹੜਾ ਛੋਟੇ ਥੋੜ੍ਹੇ ਡੰਬਲ, ਮਤਲਬ ਸੈਟਰ ਲੰਬਾ ਖਿੱਚਣਾ, ਹੈ ਨਾ। ਇਹ ਤਾਂ ਆਪਾਂ ਪਹਿਲੇ ਕਹਿੰਦੇ ਹਾਂ, ਕੋਈ ਵੀ ਸੱਟਾ ਲੰਬਾ ਖਿੱਚੋ, ਲੰਬੇ ਦੇ ਨਾਲ ਹੀ ਕਟਿੰਗ ਆਉਣੀ ਆ, ਠੀਕ ਹੈ। ਜਿਹੜੀ ਕਟਿੰਗ ਆਉਣੀ ਆ ਇਹ ਲੰਬੇ ਖਿੱਚਣ ਵਾਲੀ ਆਉਣੀ ਆ। ਜੇ ਜੋੜਾ ਵੱਡਾ ਕਰਨਾ, ਵੱਡੇ ਦੇ ਨਾਲ ਹੈਵੀ ਨਾਲ ਵੱਡਾ ਹੋਊਗਾ। ਵੈਸੇ ਵੱਡੇ ਦਾ ਕੋਈ ਬੜਾ ਫਾਇਦਾ ਇਹ ਨਹੀਂ, ਜਿਹੜੇ ਛੋਟੇ ਆ ਮਸਲ, ਛੋਟਿਆਂ ਦਾ ਫਾਇਦਾ, ਠੀਕ ਆ। ਆ ਜਾਓ ਆਪਾਂ ਕਰਦੇ ਹਾਂ। ਹੁਣ ਦੇਖੋ ਆਪਣੇ ਕੋਲ ਡੰਬਲ ਹੈਗੇ ਆ, 15 ਵਾਲੇ, 12.5 ਵਾਲੇ, 7.5 ਵਾਲੇ, 4 ਵਾਲੇ, ਅਸੀਂ ਛੋਟਿਆਂ ਨਾਲ ਹੀ ਕਰਦੇ ਹਾਂ, 20 ਵਾਲੇ, 30 ਵਾਲੇ ਅਤੇ 12 ਵਾਲੇ, ਹੈ ਨਾ। ਆਪਾਂ ਰੱਖਿਆ 12 ਵਾਲਾ, ਠੀਕ ਆ ਜੀ। ਇੱਧਰ ਨੂੰ ਇਹਨੂੰ ਇੱਥੇ ਲੈ ਕੇ ਇਹ ਦੋ ਤਰੀਕੇ ਨਾਲ ਲਾਉਂਦੇ ਹਾਂ, ਲੰਬਾ ਖਿੱਚਣਾ ਆਪਾਂ ਥੱਲੇ ਲੈ ਕੇ ਜਾਣਾ ਡੀਪ ਲੈ ਕੇ। ਹੋਰ ਇੱਕ ਗੱਲ, ਇੱਥੇ ਵੀ ਲੈ ਕੇ ਜਾ ਸਕਦੇ ਤੁਸੀਂ, ਲਾਉਂਦੇ ਲਾਉਂਦੇ ਇੱਥੇ ਵਿਚਾਲੇ ਵੀ ਲੈ ਸਕਦੇ ਹੋ, ਇੱਥੇ ਵੀ ਲਿਆ ਸਕਦੇ ਹੋ। ਇਹ ਤਿੰਨ ਤਰੀਕੇ ਨਾਲ ਮਤਲਬ 10 ਇੱਥੇ ਲਾ ਲਏ ਤੁਸੀਂ, 1, 2, 3, 4, 5, 6, 7, 8, 9, 10 ਇੱਥੇ ਲਾ ਲਏ, 1, 2, 3, 4, 5, 6, 7, 8, 9, 10 ਠੀਕ ਹੈ ਜੀ। ਸ਼ੋਲਡਰਾਂ 'ਚ ਛੋਟੇ ਜਿਹੇ ਪੇਨ ਹੁੰਦੀ ਹੈ ਬੈਸਟ ਆ, ਹੁਣ ਮਾੜੀ ਮਾੜੀ ਪੇਨ ਹੁੰਦੀ ਸੀ, ਫਿਰ ਪੇਨ ਅਗੇਨ, ਠੀਕ ਹੈ। ਇਹਦੇ ਵਿੱਚ ਤੁਸੀਂ ਇਹਦੇ ਨਾਲ ਮੈਚ ਆ ਵੀ ਕਰ ਸਕਦੇ ਹੋ, ਠੀਕ ਹੈ ਜੀ। ਇਹੀ ਆ, ਬਾਹਲੇ ਵੱਡੇ ਚੱਕਣ ਦਾ ਕੋਈ ਨਾ ਤਾਂ ਇੰਜਰੀ ਹੋਵੇ, ਇਹ 'ਚ ਵੱਡੇ 'ਚ ਇੰਜਰੀ ਦਾ ਵੀ ਖਤਰਾ। ਹੁਣ ਜੇ ਤੁਸੀਂ ਥੱਲੇ ਨੂੰ ਡੀਪਲੀ ਲੈ ਕੇ ਜਾਓਗੇ, ਇੰਜਰੀ ਦਾ ਖਤਰਾ। ਬੈਸਟ ਤਾਂ ਇਹੀ ਆ, ਇਹਦੇ 25 ਦਾ, 35 ਦਾ, 40 ਦਾ, ਯਾਨੀ 20 ਪਲੱਸ ਦਾ ਸੈਟ ਖਿੱਚੋ, ਹੈ ਨਾ। ਅਤੇ ਹੁਣ ਆਪਾਂ ਸੈਟ ਹੋਰ ਵਧ, ਇਹਦੇ ਮਤਲਬ 4 ਕੁ ਸੈਟ ਇਹਦੇ ਲਾ ਲਓ, 4 ਕੁ ਸੈਟ ਤੁਸੀਂ ਥੋੜ੍ਹਾ ਜਿਹਾ ਤੋਂ ਹੈਵੀ ਕਰ ਲਈ ਆਪਾਂ, ਆਹ 12.5 ਵਾਲਾ, ਮਤਲਬ 4 ਕੇ ਦੇ ਇਹਦੇ ਲੱਗ ਗਏ, 10.5 ਦੇ ਵੇਟ ਦੇ ਹਿਸਾਬ ਨਾਲ ਆਪਦੇ। ਹੁਣ ਮੇਰਾ ਤਾਂ 97-98 ਕਿਲੋ ਵੇਟ ਆ ਆਪਦੇ ਵੇਟ, ਜਿਵੇਂ ਛੋਟੇ ਆ 60 ਕਿਲੋ ਵਾਲੇ, ਉਹ ਜਿਵੇਂ 4 ਵਾਲੇ, 4 ਕਿਲੋ ਦੇ, 5 ਕਿਲੋ ਦੇ, ਉਹਦੇ ਨਾਲ ਸਟਾਰਟ ਕਰੋ। ਇਹੀ ਆ, ਹੋਰ ਕੋਈ ਹੋਰ ਬੜਾ ਕੋਈ ਡਿਪਲੋਮਾ ਨਹੀਂ ਹੈਗਾ ਇਹ 'ਚ, ਵੀ ਬਹੁਤ ਵੱਡਾ ਡਿਪਲੋਮਾ, ਹੈ ਨਾ। ਆਪਾਂ ਤਾਂ ਜਿਹੜੇ ਜੋ ਵੀ ਮਹਾਰਾਜ ਨੌਲੇਜ ਦਿੰਦਾ ਤੁਹਾਡੇ ਨਾਲ ਪਹਿਲਾਂ ਸਾਂਝੀ ਕਰਨੀ ਆ, ਇਹ ਮਹਾਰਾਜ ਦੇ ਨਾਲ ਵੀ ਕਮਿਟਮੈਂਟ ਆ, ਸਾਰੇ ਨਾਲ ਇਹੀ ਕਮਿਟਮੈਂਟ ਆ ਵੀ ਜੋ ਵੀ ਪਤਾ, ਜੋ ਵੀ ਹੁਨਰ ਆ ਤੁਹਾਨੂੰ ਮਹਾਰਾਜ ਨੇ ਦਿੱਤਾ, ਉਹਨੂੰ ਵਧਾਓ, ਦਿਓ ਲੋਕਾਂ ਨੂੰ, ਦਿਓ ਵੰਡੋ, ਗਿਆਨ ਵੰਡੋ, ਫਿਰ ਵਧੂਗਾ। ਜੇ ਆਪਾਂ ਨਹੀਂ, ਫਲਾਨਾ ਤਕੜਾ ਹੋ ਜੂਗੇ, ਇਹ ਐਕਸਾਈ ਲਾ ਕੇ ਤੁਹਾਡੇ ਮੱਥੇ ਦੀਆਂ ਤੁਹਾਡੇ ਨਾਲ ਨੇ, ਉਹਦੇ ਦੀਆਂ ਉਹਦੇ ਨਾਲ ਨੇ, ਹਰੇਕ ਦੇ ਭਾਗ ਨੇ ਆਪੋ ਆਪਣੇ, ਠੀਕ ਆ ਨਾ।
ਕਿਸੇ ਨੂੰ ਰੋਕ ਨਹੀਂ ਸਕਦੇ ਤੁਸੀਂ, ਜਿਹਨੇ ਵਧਣਾ ਤਾਂ ਵਧਣਾ ਹੀ ਵਧਣਾ। ਚਲੋ ਇਹ ਵਾਹਿਗੁਰੂ ਪਰ ਐਕਸਰਸਾਈਜ਼ ਕਰੋ, ਹੋਰ ਤਾਂ ਕੋਈ ਹੋ ਜਾਂਦਾ ਸਾਰਾ ਕੁਝ, ਕਰਨ ਨੂੰ ਕੋਈ ਵੱਡੀ ਗੱਲ ਨਹੀਂ। ਜਾਣੀ ਡਿਫਰੈਂਟ ਡਿਫਰੈਂਟ ਚੀਜ਼ਾਂ ਲਾਉਣ ਨਾਲੋਂ ਚੈਸਟ ਕਰ ਲਓ, ਚੈਸਟ ਦੇ ਵਿੱਚ ਹੀ ਆ ਜਾਂਦਾ। ਇਹਦੇ ਵਿੱਚ ਫੋਰ ਆਰਮ ਵੀ ਆ ਗਈ, ਬਾਈਸੈਪ ਵੀ ਆ ਗਿਆ, ਟ੍ਰਾਈ ਵੀ ਆ ਗਿਆ, ਸ਼ੋਲਡਰ ਵੀ ਆ ਗਏ, ਸ਼ਰਗ ਵੀ ਆ ਗਏ, ਚੈਸਟ ਆ ਗਈ, ਹੈ ਨਾ। ਅਤੇ ਪਰ ਥੋੜ੍ਹਾ ਖਿਚਾਈ ਕਰੋ ਸਮਾਨ ਕੇ, ਅਤੇ ਇਹਦਾ 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 ਲਾਈ ਸੀ ਆਪਾਂ ਆਏ, ਇਹ ਚੈਸਟ ਫਿਰ ਆਪਾਂ ਆਏ ਵੀ ਲਾ ਸਕਦੇ, ਆਏ ਉਹ ਥੋੜ੍ਹੀ ਆਹ ਆਹ ਸਟਰੋਂਗ ਆ ਆਹ। ਠੀਕ ਹੈ ਜੀ, ਹੁਣ ਇਹ ਥੋੜ੍ਹਾ ਜਿਹਾ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਇਹ ਚ ਇਹ ਹੈਵੀ ਆ ਗਿਆ, ਹੈ ਨਾ, ਇਹ ਹੈਵੀ ਆ ਥੋੜ੍ਹਾ ਜਿਹਾ, ਇਹ ਫਿਰ ਕਰੀ ਕਰੀ ਖਿੱਚ ਖਿੱਚ ਪੈਣ ਦਾ ਡਰ ਹੁੰਦਾ, ਹੋਰ ਕੋਈ ਚੱਕਰ ਨਹੀਂ। ਇਹਦੇ ਲਾ ਲਓ 5 ਸੈਕਿੰਡ, 5 ਤੋਂ 10 ਹੋ ਗਏ ਮੰਨ, ਹੈ ਨਾ, 12.5 15 ਦੇ ਲਾ ਲਓ, 4 8 4 12 ਸੈਟ ਹੋ ਗਏ। ਠੀਕ ਹੈ, ਫਿਰ ਤੁਹਾਡੇ ਕੋਲ 4 ਦਾ ਆਹ ਪਿਆ, ਚਲ ਆਪਾਂ ਥੋੜ੍ਹਾ ਹੈਵੀ ਕਰ ਲੈਂਦੇ ਇਹਨੂੰ, 15 ਨੂੰ ਛੱਡ ਦਿੰਦੇ ਹਾਂ, ਨਾ 20 ਵਾਲਾ ਆ ਗਿਆ ਇਹ। ਹੁਣ ਜੇ ਤੁਸੀਂ ਕਹੋ ਵੀ ਆਪਾਂ ਸੈੱਟ ਲਾਉਣੇ ਆ 4 ਕ 6 ਕ, ਉਹਦੇ ਨਾਲ ਹੀ ਰਿਜ਼ਲਟ ਆਉਣਾ, ਘੱਟੋ ਘੱਟ 15-18 ਸੈੱਟ, 15-18 ਸੈੱਟ ਵੀ 20 ਪਲੱਸ। ਚਾਰ 8 4 12, ਹੈ ਨਾ, ਇਹ ਚਾਹੇ ਵੀ ਹੈ 4 ਆਹ ਹੋ ਗਏ, 4 ਆਹ ਹੋ ਗਏ, 8 ਇਹਦੇ ਹੋ ਗਏ, 8 ਇਹਦੇ ਹੋ ਗਏ, 8 ਇਹਦੇ ਹੋ ਗਏ, ਦੇਖ ਲਓ ਕਿੱਥੇ ਗਏ, 30 ਤੱਕ, 30-35 ਤੱਕ ਚਲ ਗਿਆ ਸਿਸਟਮ ਆਪਣਾ, ਹੈ ਨਾ। ਉਹ ਵੀ ਹੈਵੀ ਹੈ ਥੋੜ੍ਹਾ ਜਿਹਾ, ਜਿਹੜੀ ਬਹਿ ਕੇ ਲਾਉਣ ਲਈ ਨਾ, ਬਹਿ ਕੇ ਲਾਉਣ
ਲੈਣਾ ਤੁਹਾਨੂੰ ਫਤਿਹ ਸਿੰਘ ਧੁਰਬਾਉਂ ਹੈ ਨਾ। ਇਹਦੀ ਵਾਰੀ ਆ ਗਈ ਹਾਂ ਟਕਾ ਕੇ ਗੋਲਡ ਗੋਲਡ ਹਾਂ ਸਹੀ ਸਹੀ ਗਲ ਗਲ ਚੱਕ ਵੀ ਸਕਦੇ ਹਾਂ ਸਿਰ ਹਾਂ ਫਿਰ ਉਹਦੇ ਧੋਣ ਦੀ ਵੀ ਨਾਲ ਹੁੰਦੀ ਹੈ ਫਿਰ ਚਲੋ ਫਿਰ ਰਿਲੈਕਸ ਕਰੋ ਥੱਲੇ ਧਰ ਦੇ ਠੀਕ ਆ ਹੁਣ ਐਂ ਕਰੋ ਬਾਈਸੈਪ ਕਰ ਲਓ ਨਾਲ ਦੋ ਸੈੱਟ ਦੂਜੇ ਰੱਖ ਲਾ ਇਹ ਹੈਵੀ ਜਾ ਜਾਣਾ ਕੰਮ ਠੀਕ ਆ ਖੜ ਕੇ ਲਾ ਲਓ ਹੁਣ ਗੁੱਡ ਗੁੱਡ ਬਹੁਤ ਵਧੀਆ ਹਾਂ ਟਕਾ ਕੇ ਸਹੀ ਸਹੀ ਬਿਲਕੁਲ ਰਿਲੈਕਸ ਟਕਾ ਕੇ ਟਕਾ ਕੇ ਟਕਾ ਕੇ ਟਕਾ ਕੇ ਮਜ਼ੇ ਨਾਲ ਮਜ਼ੇ ਨਾਲ ਮਜ਼ੇ ਨਾਲ ਹਾਂ ਹਾਂ ਹੌਲੀ 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 ਛੱਡਣਾ ਅਜੇ ਤਾਹਾਂ ਲਿਜਾ ਕੇ ਨਾ ਹੌਲੀ ਹੌਲੀ ਹਾਂ ਹਜੇ ਵੀ ਹੌਲੀ 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 ਹਾਂ ਬਿਲਕੁਲ ਹਾਂ ਐਨ ਖੁੱਲ੍ਹਣਾ ਚਾਹੀਦਾ ਮਸਲ ਤੁਹਾਡਾ ਸਹੀ ਆ ਗੋਡ ਬਹੁਤ ਵਧੀਆ ਐਕਸਰਸਾਈਜ਼ ਕਰੋ ਤਪੱਸਿਆ ਕਰੋ ਮਹਾਰਾਜ ਨੇ ਆਪੇ ਹੀ ਫਲ ਲਾ ਦੇਣਾ ਠੀਕ ਨੇ ਹਾਂ ਗੋਡ ਗੋਡ ਟਕਾ ਕੇ ਹਾਂ ਟਕਾ ਕੇ ਹੌਲੀ ਹਾਂ ਹੋਣ ਦਿਓ ਪੇਨ ਪੇਨ ਹੋਣ ਦਿਓ ਹਾਂ ਹੋਣ ਦਿਓ ਪੇਨ
ਰਿਲੈਕਸ ਕਰੋ। ਗੁੱਡ।